ਇਹ ਇਨਸਾਨਾਂ ਵਾਂਗ ਦਿਸਣ ਵਾਲਾ ਇਹ ਇਨਸਾਨ ਜੋ ਲੋਹਾ ਖਾਂਦਾ ਹੈ ਪੂਰੀ ਦੁਨੀਆ ਵਿੱਚ ਇਸ ਨੇ ਉਹ ਕੰਮ ਕੀਤੇ ਨੇ ਜਿਸ ਤੋਂ ਸਾਡੇ ਵਰਗਾ ਇਨਸਾਨ ਸੋਚ ਵੀ ਨਹੀਂ ਸਕਦਾ ਤੇ ਪੂਰੀ ਜ਼ਿੰਦਗੀ ਵਿੱਚ ਇਸ ਨੇ ਕੀ ਕੀ ਕਾਰਨਾਮੇ ਕੀਤੇ ਨੇ ਜਾਣਦੇ ਆਂ ਜੀ ਪੂਰੀ ਵੀਡੀਓ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਹਰਮਨ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਜੇਕਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਹੀ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਦੋਸਤੋ ਜਿਸ ਇਨਸਾਨ ਦੀ ਗੱਲ ਲੱਗਿਆ ਕਰਨ ਜੀ ਇਹ ਫਰਾਂਸ ਦੇਸ਼ ਦਾ ਰਹਿਣ ਵਾਲਾ ਹੈ। ਨਾਮ ਹੈ ਜੀ ਮਿਚਲ ਲੋਟੀਟੋ। ਦਿਖਣ ਵਿੱਚ ਇਹ ਆਮ ਇਨਸਾਨਾਂ ਵਾਂਗ ਹੈ ਪਰ ਇਹ ਉਹ ਇਨਸਾਨ ਹੈ ਜੋ ਲੋਹਾ ਖਾਂਦਾ ਹੈ। ਹਾਂ ਜੀ ਤੁਸੀਂ ਸਹੀ ਸੁਣਿਆ ਜੀ ਇਹ ਇਨਸਾਨ ਲੋਹਾ ਖਾਂਦਾ ਹੈ। ਇਹ ਲੋਹਾ ਵੀ ਕੋਈ ਆਮ ਨਹੀਂ ਨੁਕੀਲਾ ਤੇ ਤੇਜਦਾਰ ਜਦੋਂ ਇਹ 9 ਸਾਲ ਦੀ ਉਮਰ ਦਾ ਸੀਤਾ ਇਹਨੇ ਪਹਿਲੀ ਵਾਰੀ ਜ਼ਿੰਦਗੀ ਵਿੱਚ ਲੋਹਾ ਖਾਦਾ ਸੀ ਤੇ ਸਿਰਫ 16 ਸਾਲ ਦੀ ਉਮਰ ਦੇ ਵਿੱਚ ਇਹ ਲੋਕਾਂ ਵਿੱਚ ਲੋਕਪ੍ਰੀਆ ਹੋ ਗਿਆ ਸੀ ਪਹਿਲਾਂ ਤਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਹ ਡਰਾਮਾ ਕਰ ਰਹਾ ਹੈ ਪਰ ਬਾਅਦ ਵਿੱਚ ਇਸ ਦੇ ਕਈ ਅਕਸਰੇ ਵੀ ਕੀਤੇ ਗਏ ਤੇ ਲੋਹੇ ਦੇ ਟੁਕੜਿਆਂ ਨੂੰ ਡਾਈਜੈਸਟ ਟ੍ਰੈਕ ਦੇ ਵਿੱਚੋਂ ਲੰਘਦਾ ਦੇਖਿਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਮਿਚਲ ਦੀ ਸਟਮਕ ਲਾਈਨ ਹਾਦਸੇ ਤੋਂ ਜ਼ਿਆਦਾ ਮਜ਼ਬੂਤ ਹੋਣ ਕਾਰਨ ਇਹ ਜ਼ਿਆਦਾ ਐਸਿਡ ਬਣਾਉਂਦੀ ਹੈ ਇਸ ਲਈ ਇਹ ਹਰ ਰੋਜ਼ 900 ਗ੍ਰਾਮ ਲੋਹਾ ਹਾਜ਼ਮ ਕਰ ਸਕਦਾ ਹੈ ਜਾਨਕੀ ਇਹ ਰੋਜ਼ ਮਰ ਦੀ ਜ਼ਿੰਦਗੀ ਵਿੱਚ 900 ਗ੍ਰਾਮ ਲੋਹਾ ਪਚਾ ਸਕਦਾ ਹੈ ਇਸ ਨੇ ਆਪਣੀ ਜ਼ਿੰਦਗੀ ਵਿੱਚ 18 ਸਾਈਕਲ 15 ਟਰੋਲੀ 2 ਬੈੱਡ 7 ਟੀਵੀ ਸੈੱਟ 500 ਮੀਟਰ ਲੋਹੇ ਦੀਆਂ ਚੈਨਾਂ ਤੇ ਇੱਕ ਪੂਰੇ ਦਾ ਪੂਰਾ ਜਹਾਜ਼ ਖਾ ਕੇ ਦਿਖਾਇਆ ਸੀ ਜੀ ਹਾਂ ਸੀਸਨਾ 150 ਮਾਡਲ ਦਾ ਜਹਾਜ਼ ਖਾਣ ਵਿੱਚ ਮਿਚਲ ਨੂੰ ਪੂਰੇ 2 ਸਾਲ ਲੱਗੇ ਸੀ ਇਹਨਾਂ ਦਾ ਲੋਹਾ ਖਾਣ ਦਾ ਤਰੀਕਾ ਇਹ ਹੁੰਦਾ ਹੈ ਕਿ ਇਹ ਪਹਿਲਾਂ ਲੋਹੇ ਦੇ ਛੋਟੇ-ਛੋਟੇ ਤੇ ਬਰੀਕ ਟੁਕੜੇ ਕਰ ਲੈਂਦਾ ਹੈ ਤਾਂ ਫਿਰ ਇਹ ਮਿਨਰਲ ਆਇਲ ਜਾਂ ਮਿਨਰਲ ਵਾਟਰ ਦੇ ਨਾਲ ਇਸਮ ਨਿਕਲ ਜਾਂਦਾ ਹੈ ਇਹਦਾ ਕਹਿਣਾ ਹੈ ਕਿ ਇਹ ਹਰ ਰੋਜ਼ 900 ਗ੍ਰਾਮ ਲੋਹਾ ਖਾਣ ਨਾਲ ਇਹਦੀ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਪਰ ਇਹ ਜਦੋਂ ਨਾਰਮਲ ਸਾਡੇ ਇਨਸਾਨਾਂ ਵਾਂਗ ਖਾਣਾ ਖਾਂਦਾ ਹੈ ਤਾਂ ਇਸ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਦੀ ਸਿਹਤ ਵਿਗੜ ਜਾਂਦੀ ਹੈ ਜਿੱਦਾਂ ਕਿ ਆਪਾਂ ਰੋਟੀ ਖਾਂਦੇ ਆ ਜਾਂ ਹੋਰ ਸਬਜ਼ੀ ਖਾਂਦੇ ਆ ਇਹ ਉਹ ਖਾਂਦਾ ਹੈ ਤਾਂ ਇਸ ਦੀ ਸਿਹਤ ਵਿਗੜ ਜਾਂਦੀ ਹੈ ਪਰ ਲੋਹਾ ਖਾਂਦਾ ਰਹੇ ਤਾਂ ਇਹ ਤੰਦਰੁਸਤ ਰਹਿੰਦਾ ਹੈ ਤੇ ਗਿਨਜ ਬੁੱਕ ਨੇ ਵੀ ਇਸ ਨੂੰ ਸਟ੍ਰੇਂਜెస్ ਡਾਈਟ ਦਾ 월ਡ ਰਿਕਾਰਡ ਦਿੱਤਾ ਹੈ ਜਾਨੀ ਕਿ ਗਿਨਜ ਬੁੱਕ ਆਫ 월ਡ ਰਿਕਾਰਡ ਦੇ ਵਿੱਚ ਇਸ ਇਨਸਾਨ ਦਾ ਨਾਮ ਦਰਜ ਹੈ ਤੇ ਹੈਰਾਨੀ ਦੀ ਗੱਲ ਦੋਸਤੋ ਇਹ ਵੀ ਹੈ ਕਿ ਜਦੋਂ ਇਹ 1997 ਦੇ ਵਿੱਚ ਲੋਹਾਖਾਨਾ ਇਹਨੇ ਬੰਦ ਕਰਤਾ ਸੀ ਮਿਚਲ ਨੇ ਤਾਂ ਇਸ ਤੋਂ ਕੁਝ ਸਮੇਂ ਬਾਅਦ ਮਿਚਲ ਦੀ ਮੌਤ ਹੋ ਗਈ ਸੀ ਹਾਂਜੀ ਦੇਖਿਆ ਜੀ ਤੁਸੀਂ ਸਾਡੀ ਇਸ ਦੁਨੀਆ ਵਿੱਚ ਕਿੱਦਾਂ-ਕਿੱਦਾਂ ਦੇ ਲੋਕ ਰਹਿੰਦੇ ਹਨ ਜੋ ਆਪਣੇ ਕਾਰਨਾਮਿਆਂ ਦੇ ਨਾਲ ਜਾਣੇ ਜਾਂਦੇ ਹਨ ਤੇ ਇਦਾਂ ਦੀਆਂ ਹੋਰ ਮਨਚਕ ਤੇ ਨੌਲੇਜ ਵਾਲੀਆਂ ਵੀਡੀਓ ਲਈ ਜੁੜੇ ਰਹੋ ਆਪਣੇ YouTube ਚੈਨਲ ਦੇ ਨਾਲ ਤੇ ਕਿਸੇ ਹੋਰ ਨੌਲੇਜ ਵਾਲੀ ਵੀਡੀਓ ਦੇ ਨਾਲ ਲਿਆ ਕੇ ਹਾਜ਼ਰ ਹੋਵਾਂਗੇ ਆਪਣੇ YouTube ਚੈਨਲ ਤੇ ਤਾਤਾਕਲੀ ਰੱਬ ਰੱਖਾ ਧੰਨਵਾਦ